ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਐਸਐਸਪੀ ਦਫ਼ਤਰ ਵਿਖੇ ਐਸਐਸਪੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਕਿਹਾ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਰਾਂਗੇ ਲੋਕਾਂ ਨੂੰ ਜਾਗਰੂਕ ਕਿ 11 ਤੋਂ 1 ਵਜੇ ਤੱਕ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੇ ਅਫਸਰ ਰਹਿਣਗੇ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ। ਬੁੱਧਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਵੱਲੋਂ ਅੱਜ ਸ਼ਿਕਾਇਤਾਂ ਸੁਣੀਆਂ ਗਈਆਂ। ਉਹਨਾਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਵੀ ਹਲ ਵੇਲੇ ਲੋਕਾਂ ਦੇ ਲਈ ਦਰਵਾਜ਼ੇ ਖੁੱਲ੍ਹੇ ਹਨ ਅਤੇ ਹੁਣ ਉਹਨਾਂ ਵੱਲੋਂ ਸਾਰੇ ਹੀ ਅਫਸਰਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਕਿ 11 ਤੋਂ 1 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ ਆਪਣੇ ਆਫਿਸ ਦੇ ਵਿੱਚ ਮੌਜੂਦ ਰਹਿਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ। ਅਤੇ ਉਹਨਾਂ ਕਿਹਾ ਕਿ ਹੁਣ ਅਸੀਂ ਇਸ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ, ਸੋਸ਼ਲ ਮੀਡੀਆ ਦੇ ਰਾਹੀਂ ਵੀ ਜਾਗਰੂਕ ਕਰਾਂਗੇ ਅਤੇ ਉਹਨਾਂ ਮੀਡੀਆ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ ਕਿ 11 ਤੋਂ 1 ਵਜੇ ਤੱਕ ਸਾਰੇ ਹੀ ਦਫ਼ਤਰਾਂ ਦੇ ਵਿੱਚ ਅਫਸਰ ਮੌਜੂਦ ਰਹਿਣਗੇ ਅਤੇ ਉਹ ਆਪਣੀ ਸ਼ਿਕਾਇਤ ਲੈ ਕੇ ਉਹਨਾਂ ਦੇ ਕੋਲ ਆ ਸਕਦੇ ਹਨ ਅਤੇ ਉਹਨਾਂ ਦਾ ਹੱਲ ਕੀਤਾ ਜਾਵੇਗਾ। ਅਸੀਂ ਜੀ, ਸਾਡਾ ਤਾਂ ਇਹ ਪਹਿਲਾਂ ਵੀ ਇਹ ਸਿਸਟਮ ਹੈਗਾ, ਅਸੀਂ ਲੋਕਾਂ ਨੂੰ ਮਿਲਦੇ ਹਾਂ, ਸ਼ਿਕਾਇਤਾਂ ਸੁਣਦੇ ਹਾਂ ਅਤੇ ਹੁਣ ਸਾਡੇ ਮਾਨਯੋਗ DGP ਸਾਹਿਬ ਨੇ ਹੁਕਮ ਕੀਤਾ ਹੈ ਕਿ 11 ਤੋਂ 1 ਹਰ ਥਾਣੇ ਤੋਂ ਲੈ ਕੇ DSP ਆਫਿਸਿਸ ਦੇ ਵਿੱਚ, ਬਾਕੀ ਆਫਿਸਰ ਜਿਹੜੇ ਪੁਲਿਸ ਦੇ ਹੈਗੇ ਇੰਕਲੂਡਿੰਗ SSP ਆਫਿਸ, ਸੀਨੀਅਰ ਆਫਿਸਰਸ, 11 ਤੋਂ 1 ਸਾਰੇ ਅਵੇਲੇਬਲ ਹੋ ਕੇ ਲੋਕਾਂ ਦੀ ਜਿਹੜੀ ਗੱਲਬਾਤ ਹੈਗੀ ਉਹ ਸੁਣਨਗੇ, ਉਹਨਾਂ ਨੂੰ ਮਿਲਣਗੇ। ਬਟ ਮੈਂ ਇਹਦੇ ਨਾਲ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਕਦੇ 24 ਘੰਟੇ ਕੋਈ ਵੀ ਦਿੱਕਤ ਆਉਂਦੀ ਤਾਂ ਅਸੀਂ ਹਾਜ਼ਰ ਹਾਂ। ਜੇ ਅਸੀਂ ਇੱਥੇ ਦਫ਼ਤਰ ਦੇ ਵਿੱਚ ਨਹੀਂ ਹਾਂ ਤਾਂ ਸਾਡੇ ਆਫਿਸਰ ਸਾਡੇ ਬਿਹਾਫ 'ਤੇ ਹੈਗੇ, ਅਦਰਵਾਈਜ਼ ਇਮੀਡੀਏਟਲੀ ਤੁਸੀਂ ਪੁਲਿਸ ਕੰਟਰੋਲ ਰੂਮ 'ਤੇ ਫੋਨ ਕਰੋ, ਸਾਡੇ ਜਿਹੜੇ ਬਾਕੀ ਨੰਬਰ ਸੀ ਉਹਨਾਂ 'ਤੇ ਫੋਨ ਕਰੋ ਅਤੇ ਪੰਜਾਬ ਪੁਲਿਸ 24 ਘੰਟੇ ਦਿਨ ਰਾਤ ਤੁਹਾਡੀ ਸੇਵਾ ਲਈ ਹਾਜ਼ਰ। ਦੇਖੋ, ਇਹਦਾ ਤਾਂ ਬੇਸਿਕਲੀ ਇਹ ਕਿ ਪਬਲਿਕ ਨੂੰ ਟਾਈਮ ਪਤਾ ਲੱਗ ਜਾਂਦਾ ਕਿ ਵੀ ਇਹ ਟਾਈਮ ਤਾਂ ਸ਼ੋਰਿਟੀ ਹੈਗੀ ਹੈ ਕਿ ਮੈਨੂੰ ਜਿਹੜਾ ਅਫਸਰ ਹੈਗਾ ਉਹ ਮਿਲ ਜਾਏਗਾ। ਮਤਲਬ ਪੁਲਿਸ ਦੇ ਵਿੱਚ ਇਹ ਹੁੰਦਾ, ਕਈ ਵਾਰੀ ਐਮਰਜੈਂਸੀ ਹੋ ਗਈ, ਕੋਈ ਸਿਚੁਏਸ਼ਨ ਹੋ ਗਈ ਜਾਂ ਅਦਰਵਾਈਜ਼ ਕੋਈ ਲੋਅ ਐਂਡ ਆਰਡਰ ਹੋ ਗਿਆ, ਉਸਨੂੰ ਛੱਡ ਕੇ ਇਹ ਲੋਕਾਂ ਨੂੰ ਇੱਕ ਹੋ ਜਾਂਦਾ ਕਿ ਹਾਂ ਵੀ ਇਸ ਟਾਈਮ ਮੈਨੂੰ ਜਿਹੜਾ ਹੈਗਾ ਮੈਂ ਜਾ ਕੇ ਆਪਣੀ ਗੱਲ ਕਰ ਸਕਦਾ। ਅਸੀਂ ਜਾਗਰੂਕ ਕਰਾਂਗੇ ਜੀ, ਅਸੀਂ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕ ਕਰ ਰਹੇ ਹਾਂ, ਤੁਹਾਡੇ ਰਾਹੀਂ ਵੀ ਜਾਗਰੂਕ ਕਰ ਰਹੇ ਹਾਂ ਅਤੇ ਜ਼ਰੂਰ ਜਾਗਰੂਕ ਕਰਾਂਗੇ ਅਤੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਉਹਨਾਂ ਦੀ ਜਿਹੜੀ ਹੈਗੀ ਹੈ, ਜੋ ਵੀ ਤਕਲੀਫ ਹੈ, ਦੁੱਖ ਹੈ, ਉਹਨੂੰ ਕਿਸ ਫੋਰਮ 'ਤੇ ਕਿੱਦਾਂ ਰੇਜ ਕਰਕੇ ਉਹਨੂੰ ਰਿਜ਼ੋਲਵ ਕਰ ਸਕਦੇ ਹਾਂ। ਮੈਂ ਫਿਗਰਸ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਜੀ, ਸ਼ੇਅਰ ਕਰ ਦਾਂਗਾ ਫਿਗਰਸ। ਸਰ, ਕਈ ਮਾਯੂਸ ਹੋ ਚੁੱਕੇ ਹੈ, ਉਨਕੀ ਵੀ ਅਬ ਦੁਬਾਰਾ। ਦੇਖੋ ਜੀ, ਹਰੇਕ ਚੀਜ਼ ਦਾ ਇੱਕ ਉਹ ਹੈਗਾ, ਸਾਡੀ ਜਿਹੜੀ ਵੀ ਫੋਰਮਸ ਹੈਗੇ ਉਹਨਾਂ ਦਾ ਇੱਕ ਪ੍ਰੋਸੈਸ ਹੁੰਦਾ। ਜੇ ਕਿਸੇ ਦਾ ਕੋਈ ਚੀਜ਼ ਰਿਜ਼ੋਲਵ ਨਹੀਂ ਹੋਈ, ਕਿਸੇ ਨੂੰ ਲੱਗਦਾ ਮੇਰੀ ਇਨਕੁਆਇਰੀ ਜਾਂ ਪੜਤਾਲ ਸਹੀ ਨਹੀਂ ਹੋਈ, ਕਿਸੇ ਨੂੰ ਲੱਗਦਾ ਮੇਰੀ ਇਨਵੈਸਟੀਗੇਸ਼ਨ ਸਹੀ ਨਹੀਂ ਹੋਈ, ਤਾਂ ਉਹਦੇ ਅਪਰੋਪਰੀਏਟ ਫੋਰਮ ਹੈਗੇ, ਅਪਰੋਪਰੀਏਟ ਚੈਨਲ ਰਾਹੀਂ ਦੁਬਾਰਾ ਉਹ ਦਰਖਾਸਤ ਦੇ ਸਕਦੇ।